ਹਾਂਜੀ ਉਹ ਜੀ ਚੌਰੀ ਸਾਹਿਬ ਸਰ ਅੱਜ ਕਾਂ ਵੀ ਬਨੇਰੇ 'ਤੇ ਬੋਲ ਰਿਹਾ, ਮੈਨੂੰ ਲੱਗਦਾ ਅੱਜ ਪਰਾਹੁਣੇ ਹੀ ਆ ਰਹੇ ਆ। ਹਾਂਜੀ 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 ਨਹੀਂ ਫਸਲਾਂ ਤਾਂ ਲੱਗ ਗਈਆਂ ਨੇ ਜੀ, ਬਸ ਦੁਆ ਕਰੋ। ਮੌਸਮ ਬਾਰਿਸ਼ਾਂ ਦਾ ਸ਼ੁਰੂ ਹੋਇਆ ਵਾ ਸਾਉਣ ਭਾਦੋ ਦਾ, ਇਹਦੇ ਵਿੱਚ ਤਾਂ ਬੜੇ ਨੁਕਸਾਨ ਹੋ ਜਾਂਦੇ ਨੇ। ਹਾਂਜੀ ਕਾਮੇ ਕਿੱਥੇ ਲੱਭਦੇ ਨੇ ਜੀ, ਕਾਮੇ ਲੱਭਣੇ ਤਾਂ ਔਖੇ ਹੋਏ ਆ ਅੱਜ ਕੱਲ੍ਹ, ਕਾਮਿਆਂ ਦੇ ਵੀ ਬੜੇ ਦਿਮਾਗ ਖਰਾਬ ਨੇ। ਹਾਂਜੀ ਮੈਂ ਨਾਲ ਆ ਚੌਰੀ ਹਸ਼ਮਨ ਨਹੀਂ ਨਾਲ ਦੇ ਪਿੰਡ, ਹਾਂਜੀ ਆ ਉੱਚੇ ਪਿੰਡ ਵਾਲਾ, ਉਹਨੂੰ ਮੈਂ ਕਿਹਾ ਹੈ ਕਿ ਦੋ ਕੁ ਕਾਮੇ ਭੇਜ ਇੱਧਰ, ਉਹਨਾਂ ਨੂੰ ਕੋਈ ਕੰਮ 'ਤੇ ਰੱਖੀਏ। ਹਾਂਜੀ 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 ਬਸ ਦੁਆ ਕਰੋ ਜੀ, ਅੱਲਾ ਪਾਕ ਰਹਿਮਤ ਦੀ ਬਾਰਿਸ਼ ਵਰਸਾਏ। ਹਾਂਜੀ ਇਸ ਤਰ੍ਹਾਂ ਹੀ ਹੈ, ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਅੱਲਾ ਖੈਰ ਕਰੇਗਾ। ਬਸ ਜਿੱਦਾਂ ਹੀ ਕਾਮਿਆਂ ਦਾ ਬੰਦੋਬਸਤ ਹੋ ਜਾਂਦਾ ਨਾ, ਅਤੇ ਮੈਂ ਸ਼ਾਇਦ ਤੁਹਾਡੇ ਕੋਲ ਚੱਕਰ ਲਾਉਣਾ ਬੈਂਕ ਦੇ ਵਿੱਚ ਵੀ, ਅਤੇ ਉਹ ਜਿਹੜੇ ਕੋਈ ਡਾਕੂਮੈਂਟਸ ਰਹਿੰਦੇ ਨੇ ਉਹ ਵੀ ਕਰਾਈਏ, ਅਤੇ ਨਵਾਂ ਟਰੈਕਟਰ ਵੀ ਲੈਣਾ ਐਤਕੀ ਤੁਹਾਨੂੰ ਮੈਂ ਦੱਸਿਆ ਸੀ, ਉਹ ਆਹੋ ਪੁਰਾਣਾ ਜਿਹੜਾ ਉਹ ਨਹੀਂ ਹੁਣ ਕੰਮ ਦਿੰਦਾ, ਟਰਾਲੀ ਟਰੈਕਟਰ ਇਕੱਠਾ ਹੀ। ਹਾਂਜੀ ਕੋਈ ਗੱਲ ਨਹੀਂ, ਚਲੋ ਠੀਕ ਹੈ ਜੀ, ਠੀਕ ਆ, ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ, ਅਸਲਾਮ ਵਾਲੇਕੁਮ। ਕੰਮ ਬਹੁਤ ਔਖਾ ਹੋਇਆ ਵਾ, ਤੈਨੂੰ ਪਤਾ ਵਾ ਕੀ ਹਾਲਾਤ ਹੋਏ ਪਏ ਆ। ਹਾਲਾਤਾਂ ਦੀ ਸੁਣ ਲਾ ਯਾਰ, ਘਰ 'ਚ ਭੁੱਖ ਪਈ ਆ, ਖਾਣ ਵਾਸਤੇ ਕੁਛ ਨਹੀਂ ਗਾ, ਇਸ ਤੋਂ ਅੱਗੇ ਕੀ ਜਾਣਾ, ਬੱਚੇ ਆ ਜਿਹੜੇ ਉਹ ਸਿਰ ਦੇ ਵਾਲਾਂ ਨੂੰ ਪੈਣ ਡੇ, ਤਾਂ ਹੀ ਤੇਰੇ ਥੋੜੇ ਰਹਿ ਗਏ ਆ ਨਾ, ਬੱਚਿਆਂ ਨੂੰ ਇਹੀ ਖਿਲਾਉਂਦਾ ਰਿਹਾ, ਕੰਮ ਕਰੀਦਾ ਹੁੰਦਾ, ਕੋਸ਼ਿਸ਼ ਹੀ ਨਹੀਂ ਤੁਸੀਂ ਲੋਕ ਕਰਦੇ ਹੈਗੇ, ਜੇ ਤੁਸੀਂ ਲੋਕ ਕੋਸ਼ਿਸ਼ ਕਰੋ ਨਾ ਕੰਮ ਲੱਭ ਵੀ ਸਕਦਾ ਵਾ। ਅੱਛਾ ਮੇਰੇ ਤੇ ਸਿਰ ਦੇ ਵਾਲ ਖਾਂਦੇ, ਤੇਰਾ ਤਨ ਦਾ ਮਾਸ ਖਾਂਦੇ, ਇੰਨਾ ਕੁ ਰਹਿ ਗਿਆ। ਮੈਂ ਤਾਂ ਤੈਨੂੰ ਆਪ ਦੱਸਣਾ, ਮੈਂ ਤਾਂ ਵੀਰੇ ਚੱਲ ਜਾਣਾ ਮੈਂ ਬਾਹਰ ਕਿਤੇ। ਬਾਹਰ ਕਿੱਥੇ, ਘਰੋਂ ਬਾਹਰ ਜਾ ਸਕਦਾ, ਹੋਰ ਤੂੰ ਕਿੱਥੇ ਬਾਹਰ ਜਾਣਾ, ਨੌਕਰੀ ਲੱਭਣ ਕੋਈ ਨਹੀਂ ਡਈ, ਜਿਹਨੂੰ ਜਾ ਕੇ ਕਹਿੰਦੇ ਆ ਉਹ ਕਹਿੰਦੇ ਤੇਰੇ ਨਾਲ ਦਾ ਚੋਰ ਲੱਗਣ ਡਿਆ ਵਾ, ਤੇਰੀ ਵਜ੍ਹਾ ਤੋਂ ਮੈਨੂੰ ਵੀ ਜਵਾਬ ਹੋ ਜਾਂਦਾ। ਕੁੱਕੂ ਤੂੰ ਗੱਟਰਾਂ ਦੀ ਨੌਕਰੀ ਲੱਭ ਲਾ, ਕੱਢਿਆ ਸੀ ਉਹ ਚੋਂ ਮਲੱਪ ਨਿਕਲਿਆ ਵਾ, ਆ ਦੇਖ ਤਾਂ ਸਹੀ ਲੱਗਦਾ, ਗਾਰੇ ਤੇ ਕੜੀ ਸਿੱਟੀ ਲੱਗਦੀ ਆ, ਤੂੰ ਲਾ ਦੇ ਸਾਫ ਆ, ਮੈਨੂੰ ਬਹੁਤ ਬੁਰਾ ਲੱਗਦਾ, ਇਹ ਨੈਸ਼ ਨੰਗ ਆ, ਜਿੱਥੇ ਵੀ ਜਾਂਦੇ ਅਗਲਾ ਜਵਾਬ ਦੇ ਦਿੰਦਾ। ਉਹ ਸਾਡੀ ਸ਼ਾਨ ਆ, ਤੇਰਾ ਮੂੰਹ ਹੀ ਨੈਸ਼ਾਂ ਵਰਗਾ ਵਾ, ਮੇਰੇ ਸਾਫੇ ਨੂੰ ਕਹੀਏ ਨਾ। ਸ਼ਾਨ ਨੀ ਤੇਰੇ ਕੋਲੋਂ ਸ਼ਹਿਦ ਆਉਂਦੀ ਆ, ਹਾਂ ਦੁਆ ਕਰ, ਅਡਲੇਸ਼ੀਆ ਤੇਰੇ ਤੇ ਹੀ ਬਣਿਆ, ਡੋਕੇ ਤਾਂ ਵਾਹਵਾ ਲੱਗੇ ਆ, ਡੋਕੇ ਹੀ ਖਾ ਕੇ ਮੈਂ ਕਹਿੰਦਾ ਅੱਜ ਗੁਜ਼ਾਰਾ ਕਰ ਲੈਂਦੇ ਹਾਂ। ਕੁੱਕੂ ਅੰਬ ਵੀ ਲੱਗੇ ਹੋਏ ਆ, ਹੈਂ ਕੋਈ ਅੰਬ ਵੀ ਆਓ ਇੱਥੇ, ਹਾਂ ਤੂੰ ਮੇਰੇ ਨਾ ਕਨੇੜਿਆਂ ਤੇ ਚੜ, ਹਾਂ ਉੱਥੋਂ ਅੰਬ ਤਾਂ ਤੋੜ ਕੇ ਲਿਆ। ਅੱਛਾ ਚੱਲ ਬਹਿ, ਓਏ ਤੁਹਾਡਾ ਖਾਨਾ ਖਰਾਬ ਹੋਵੇ, ਓਏ ਮੈਂ ਵੀ ਕਹਾਂ ਇੱਥੇ ਚੋਰੀਆਂ ਚਕਾਰੀਆਂ ਕਿਵੇਂ ਹੁੰਦੀਆਂ ਨੇ। ਓ ਨਹੀਂ ਨਹੀਂ ਚੌੜੀ ਸਾਹਿਬ, ਆ ਜੁੱਤੀ ਚੁੱਕ ਕੇ ਲਿਆਓ, ਕਿਉਂ ਪਾਲਿਸ਼ ਕਰਾਉਣੀ ਆ, ਇੱਧਰ ਲੈ ਕੇ ਆਓ। ਇਹਨੇ ਕਿਹਾ ਸੀ ਚੌਰੀ ਸਾਹਿਬ ਕੁੱਕੂ ਨੇ, ਹੈ ਮੈਂ ਤਾਂ ਚੋਰ ਲੱਭਦਾ ਫਿਰਦਾ ਸੀ, ਇੱਧਰ ਆਉਣਾ ਜ਼ਰਾ, ਆ ਵੇਖੋ ਇਹਦੇ ਵਰਗਾ ਮੂੰਹ ਇਹਦਾ, ਇਹਨੇ ਕਿਹਾ ਸੀ ਉਹ ਬਰਾਉਣਾ ਹੋਏ, ਤੇ ਤੂੰ ਵੀ ਕਹਾਂ ਇਹ ਰੋਜ਼ ਅੰਬ ਇੱਥੋਂ ਜਾਂਦੇ ਕਿੱਥੇ ਆ, ਇੱਥੇ ਰੱਖ ਜੁੱਤੀ, ਅੰਬਾਂ ਨੂੰ ਕਿਹੜਾ ਪੈਰ ਲੱਗਿਆ ਚੌਰੀ ਸਾਹਿਬ। ਵਾਲੇਕੁਮ ਸਲਾਮ, ਓਏ ਇੱਧਰ ਆਓ ਨਾ ਜ਼ਰਾ, ਇੱਧਰ ਆਓ, ਇੱਧਰ ਆ ਤੂੰ ਵੀ, ਥੱਲੇ ਪਵੋ, ਚੋਰ ਫੜੇ ਆ, ਚੋਰ ਚੋਰੀ ਸਾਹਿਬ, ਅਸੀਂ ਚੋਰ ਨਹੀਂ ਹੈਗੇ, ਇਸ ਤਰ੍ਹਾਂ ਆਏ ਹੋਏ ਆ ਪਿੰਡੋਂ ਆਪਣੇ, ਕਿਹੜੇ ਪਿੰਡੋਂ, ਪੰਮੀਪੁਰੋਂ। ਚੌਰੀ ਸਾਹਿਬ ਇਮਾਨਦਾਰ ਬੰਦੇ ਆ, ਅਸੀਂ ਚੋਰ ਨਹੀਂ ਹੈਗੇ, ਇਹਦਾ ਮੂੰਹ ਹੀ ਚੋਰਾ ਵਰਗਾ ਵਾ। ਮਜ਼ਦੂਰ ਆਦਮੀ ਆ, ਬੱਚਿਆਂ ਦੀ ਮਜ਼ਦੂਰੀ ਲਈ ਨਿਕਲੇ ਆ। ਨਹੀਂ ਤੇ ਅੰਬ ਅੰਬ ਜਿਹੜੇ ਤੁਸੀਂ ਉੱਤੋਂ ਤੋੜਨ ਲੱਗੇ ਸੀਗੇ, ਉੱਤੋਂ ਬੜਾ ਤੂੰ ਗੈਲਰੀ 'ਚ ਰੱਖੇ ਹੋਏ ਆ, ਵੀ ਉੱਤੋਂ ਤੋੜਨੇ ਹੀ ਆ, ਅਸੀਂ ਕਿਹਾ ਚਲੋ ਵੀ ਦੇਖ ਲੈਂਦੇ ਹਾਂ ਜੇ ਮਿੱਠਾ ਕੇ ਫਿੱਕਾ ਵਾਸਤੇ ਇਹ ਚੈੱਕ ਕਰਨਾ ਸੀ, ਅਸੀਂ ਕਿਹੜੇ ਲੈ ਜਾਣੇ ਸੀ। ਇਹ ਪੰਮੀਪੁਰੋਂ ਕਿੱਥੋਂ ਆਏ ਹੋ, ਉੱਚੇ ਪਿੰਡ ਦੇ ਨਾਲ? ਹਾਂ ਉੱਚਾ ਪਿੰਡ ਨਹੀਂ ਹੈਗਾ। ਚੌਰੀ ਹਸ਼ਮਨ ਨੂੰ ਜਾਣਦੇ? ਜਾਣਦੇ ਆ, ਕਮੇਟੀ ਪਾਈ ਆ ਉਹਨਾਂ, ਉਹਨੇ ਤਾਂ ਨਹੀਂ ਭੇਜਿਆ, ਉਹ ਨਹੀਂ ਭੇਜਿਆ, ਉਸ ਪਿੰਡ ਦੇ ਹੀ ਆ ਸੀ।
ਚੌਰੀ ਅਸ਼ਮਤ ਨਹੀਂ ਭੇਜਿਆ ਸਾਨੂੰ ਕੰਮ ਵਾਸਤੇ, ਹੋਰ ਅਸੀਂ ਪੇਟੀਆਂ ਬਣਾਉਣੀ। ਅੱਛਾ ਇੱਧਰ ਆਓ, ਜ਼ਰਾ ਉੱਪਰ ਆਓ, ਇੰਟਰਵਿਊ ਤਾਂ ਦਿਓ ਆਪਣਾ। ਇੰਟਰਵਿਊ ਮੈਂ ਤਾਂ ਧੋਣਾ ਦਿੱਤਾ ਹੋਇਆ ਵਾ। ਇੱਧਰ ਆ ਜਾ, ਸ਼ਕਲ ਹੀ ਨਹੀਂ ਚੰਗੀ। ਓ ਇੱਧਰ ਆ ਜਾ ਓਏ, ਪਹਿਲੇ ਕਿਤੇ ਪਿੱਛੇ ਮਰ ਜਾ। ਕੰਮ ਕੀਤਾ ਪਹਿਲੇ ਕਿਤੇ? ਬੜਾ ਕੰਮ ਕੀਤਾ, ਕੰਮ ਤਾਂ ਸਾਡੇ ਅੱਗੇ ਲੱਗ ਜਾਂਦਾ ਵਾ। ਉੱਥੇ ਹੋ ਤੇਰਾ, ਇਹਨੇ ਪਿੰਡ 'ਚ ਕੰਮ ਕੀਤਾ ਸੀ, ਬੋ ਹੀ ਬੋ ਹੋ ਗਈ ਸੀ। ਓਏ ਉਹ ਕੰਮ ਦੀ ਗੱਲ ਨਹੀਂ ਕਰਨ ਦੇ, ਤੈਨੂੰ ਉਹੀ ਕੰਮ ਆ, ਤੂੰ ਖਾਣ ਪੀਣ ਵਾਲੀ ਗੱਲ 'ਤੇ ਗੌਰ ਕਰੀ। ਕਾਕਾ ਗੱਲ ਦੱਸਾਂ ਕੀ ਆ? ਕੀ ਆ? ਤਨਖਾਹ ਵੀ ਤੁਹਾਨੂੰ ਮਿਲੇਗੀ ਉੱਤੇ? ਹੋ ਲੱਤਾਂ ਘੁੱਟਣੀਆਂ ਮੇਰੀਆਂ। ਓਏ ਬਕਵਾਸ ਨਾ ਕਰ, ਲੱਤਾਂ ਘੁੱਟਣੀਆਂ ਤੇਰੀਆਂ ਕੰਮ ਆਵਾਂ ਤੂੰ ਕਿ ਮਤਲਬ ਇੱਥੇ ਆ ਫੜ ਮੇਰੀ ਲੱਤ, ਪਿੱਛੇ ਰਹੋ ਪਿੱਛੇ ਰਹੋ, ਆ ਫੜ ਜਰਾ, ਦੋ ਹੱਥ ਮਾਰ ਪਿੰਨੀਆਂ, ਪਿੰਨੀਆਂ ਨੂੰ ਦੋ ਹੱਥ ਮਾਰ ਜਰਾ। ਅੱਛਾ ਕਾਕਾ ਗੱਲ ਇਹ ਕੀਤਾ ਤੁਸੀਂ, ਕਿਹਾ ਵਾ ਵੀ ਦੋ ਹੱਥ ਮਾਰ ਦੇ। ਓਏ ਲੱਤਾਂ ਘੁੱਟ, ਚੋਰੀ ਸਾਹਿਬ ਦੀਆਂ, ਕੰਮ ਨਹੀਂ ਲੈਣਾ ਕੰਮ ਉਹਦੇ, ਨਾ ਉਹਦੇ ਪਿੰਨੀ ਦੇ ਵਿੱਚ ਤੇਰੇ ਜਿੱਡੀ ਖੱਲੀ ਆ, ਚੁੱਪ ਕਰ ਜਾ, ਚੁੱਪ ਕਰ ਜਾ, ਮਾਰ ਦਾ ਹੱਥ ਮਾਰ ਦੋ, ਚੈੱਕ ਕਰਾ ਦਾ ਆਹ ਕੰਮ ਛੱਡਦੇ, ਘਰ ਹੀ ਛੱਡਿਆ ਇਹਨੂੰ, ਇਹ ਕੰਮ ਨੇ ਆਪਾਂ ਨੂੰ ਸਾਰੀ ਜ਼ਿੰਦਗੀ ਖਾਣ ਲਈ ਨਹੀਂ ਦਿੱਤਾ। ਚੋਰੀ ਸਾਹਿਬ ਹੱਥਾਂ ਸੀ ਏਦਾਂ ਏਦਾਂ ਦੇ ਮਾਰ ਦੇਈਦੇ ਆ। ਵਾਹ ਵਾਹ ਵਾਹ, ਕਿਆ ਬਾਤ ਕਿਆ ਬਾਤ, ਚੰਡੀਆਂ ਤਾਂ ਤੁਹਾਡੇ ਵੀ ਪਈਆਂ ਹੋਈਆਂ। ਓਏ ਹੁਣ ਕੀ ਕਰੀਏ ਫਿਰ, ਕਈ ਵੀ ਸਾਰੀ ਆਪ ਚਲਾਉਣੀ ਪੈਂਦੀ ਹੈ, ਗੋਡੀ ਵੀ ਮੈਨੂੰ ਆਪ ਕਰਨੀ ਪੈਂਦੀ ਹੈ। ਰਾਤੀ ਪਾਣੀ ਦੀ ਵਾਰੀ ਸੀ ਸਾਡੀ, ਪਾਣੀ ਵੀ ਰਾਤੀ ਮੈਂ ਆਪ ਹੀ ਲਾ ਕੇ ਆਇਆ ਫਸਲਾਂ ਨੂੰ। ਅੱਛਾ ਜੀ, ਕੰਮ ਇਹ ਜਿਹੜੇ ਨੇ ਨਾ, ਇਹਨਾਂ ਨਾਲ ਜਿੰਨਾ ਪਿਆਰ ਕੀਤਾ ਇਹਨਾਂ ਨੇ ਓਨਾ ਹੀ ਖਰਾਬ ਕੀਤਾ। ਫਸਲਾਂ ਤਾਂ ਜਵਾਨ ਹੋ ਗਈਆਂ ਹੋਣੀਆਂ ਜਦੋਂ ਦਾ ਪਾਣੀ ਲਾਇਆ। ਹਾਂਜੀ ਚਰੀ ਬੀਜੀ ਆ, ਉਹ ਦੇਖੋ ਬਾਹਰ ਫਸਲਾਂ ਚਰੀ ਦੀਆਂ। ਅੱਛਾ ਜੀ, ਹਾਂ ਜਵਾਨ ਖੜੀ ਹੋਣੀ ਆ। ਹਾਂਜੀ ਫੁੱਲ ਜਵਾਨ। ਹਾਂਜੀ ਹਾਂਜੀ, ਚਰੀ ਚਰੀ ਬੀਜੀ ਆ, ਤੇ ਤੁਸੀਂ ਗੱਲ ਸੁਣੋ, ਤਨਖਾਹ ਵੀ ਮਿਲੇਗੀ। ਅੱਛਾ ਜੀ, ਹਾਂ ਰੋਟੀ ਸਾਲ ਬਾਅਦ ਤੁਹਾਨੂੰ ਕਣਕ ਵੀ ਮਿਲੇਗੀ। ਅੱਛਾ ਜੀ, ਹੈਂ ਜੋ ਵੀ ਬੀਜਿਆ ਕਰਾਂਗੇ ਵਿੱਚੋਂ ਤੁਹਾਡਾ ਹਿੱਸਾ ਰੱਖਾਂਗੇ, ਲੇਕਿਨ ਕੰਮ ਜਿਹੜਾ ਬਿਲਕੁਲ ਇਮਾਨਦਾਰੀ ਨਾਲ ਕਰਨਾ। ਚੌਰੀ ਸਾਹਿਬ ਵੀ ਕੰਮ ਕੀਤਾ ਨਾ, ਚੌਰੀ ਸਾਹਿਬ ਇਮਾਨਦਾਰੀ ਨਾਲ ਕੀਤਾ। ਇਮਾਨਦਾਰੀ ਤਾਂ ਮਾਉਂਦਿਆਂ ਦੇਖ ਲਈ ਤੁਸੀਂ, ਉੱਥੋਂ ਜਦੋਂ ਅੰਬ ਤੋੜਨ ਲੱਗੇ ਸੀਗੇ, ਅਗਰ ਮੈਂ ਜੁੱਤੀ ਨਾ ਮਾਰਦਾ ਤੇ ਤੁਸੀਂ ਤਾਂ ਅੰਬ ਲੈ ਗਏ ਸੀ ਉੱਥੋਂ ਤੋੜ ਕੇ। ਚੌਰੀ ਜੇ ਕਿਤੇ ਉੱਤੇ ਨੂੰ ਮਾਰਦਾ ਨਾ, ਅੰਬ ਬਹੁਤ ਸੋਹਣਾ ਟੁੱਟ ਕੇ ਥੱਲੇ ਆ। ਉਹ ਕੋਈ ਨੌਕਰੀ ਦਾ, ਬੱਚਿਆਂ ਦੇ ਰਿਜ਼ਕ ਵਾਸਤੇ ਵੀ ਤੈਨੂੰ ਖਾਣ ਪੀਣ ਦੀ ਭੇਜ ਦਿੰਦੀ। ਅੱਛਾ ਤੇ ਆਪਣਾ ਰਹਿਣ ਸਹਿਣ ਦਾ ਇੰਤਜ਼ਾਮ ਵੀ ਇੱਥੇ ਕਰਦੇ ਤੁਸੀਂ? ਹਾਂ ਘਰ ਇੱਥੇ ਤੁਹਾਨੂੰ ਘਰ ਦੇਵਾਂਗੇ, ਆਪਣੇ ਨਿਆਣੇ ਨਿੱਕੇ ਜਿਹੜੇ ਨੇ ਉਹ ਲੈ ਆਇਓ ਇੱਥੇ, ਨਿਆਣੇ ਨਿੱਕੇ ਰਹੀ ਜਾਵੋ ਤੇ ਕੰਮ ਕਰੀ ਜਾਵੋ। ਚੌਰੀ ਸਾਹਿਬ ਨਿਆਣੇ ਨਿੱਕੇ ਤੁਹਾਡੇ ਵੀ ਹੁਣ ਚੱਲ ਜਾਊਗਾ, ਕੋਈ ਰੱਬੜ ਹੀ ਨਹੀਂ ਹੈਗਾ, ਅਸੀਂ ਕਿਹੜਾ ਵੀ ਜਿਹੜੇ ਘਰ ਉੱਥੇ ਨਿਆਣੇ ਉਹ ਵੀ ਸਾਡੇ ਹੀ ਆ ਨਾ। ਚੌਰੀ ਸਾਹਿਬ ਅਸੀਂ ਕੰਮ ਕਰਨਾ, ਨਿਆਣੇ ਨਿੱਕੇ ਅਸੀਂ ਕਾਹਦੇ ਲਈ ਲਿਆਉਣੇ ਇੱਥੇ? ਨਹੀਂ ਰਹਿਣ ਵਾਸਤੇ ਜਗ੍ਹਾ ਵੀ ਤਾਂ ਚਾਹੀਦੀ ਕਿ ਨਹੀਂ, ਸਾਡੇ ਜਿਹੜੇ ਪਿਛਲੇ ਕੰਮੇ ਸੀਗੇ ਪਿੱਛੇ ਕਿੱਥੇ, ਉਹ ਜਿਹੜੇ ਇੱਥੇ ਪਹਿਲੇ ਕੰਮ ਕਰਦੇ ਸੀ। ਅੱਛਾ ਅੱਛਾ, ਮੈਂ ਕਿਹਾ ਉਹਨਾਂ ਨੂੰ ਅਸੀਂ, ਪਿੱਛੇ ਤਾਂ ਕੋਈ ਵੀ ਨਹੀਂ ਹੈਗਾ, ਉਹ ਚਬਲੇ ਉਹਨਾਂ ਨੂੰ ਡੇਰਾ ਦਿੱਤਾ ਸੀਗਾ। ਉਹ ਤੁਸੀਂ ਡੇਰਾ ਵਾਲੇ ਹੋ? ਹਾਂਜੀ ਡੇਰਾ ਆਪਣਾ, ਡੇਰੇ ਡੰਡੇ ਵਾਲੇ ਆ ਪੁੱਤਰ, ਇਹ ਕਿਹੜੀ ਗੱਲ ਆ? ਡੇਰਾ ਚਾਉਣੇ? ਮੈਂ ਕਿਹਾ ਪਤਾ ਨਹੀਂ ਗੁਜ਼ਰੇ ਆ। ਓਏ ਲਾਣਤ ਤੇਰੇ ਤੇ, ਨਹੀਂ ਮੁੱਛਾਂ ਤੇ। ਤੈਨੂੰ ਚੌਰੀ ਹਾਸ਼ਮ ਨੇ ਦੱਸਿਆ ਨਹੀਂ ਸੀ? ਦੱਸਿਆ ਉਹਨੇ ਮੈਨੂੰ, ਉਹਨਾਂ ਉਹਦੀ ਕਲੀਨ ਸ਼ੇਪ ਹੋਈ ਹੋਊਗੀ। ਹਾਂਜੀ ਤੇ ਗੁੱਤ ਕੀਤੀ ਹੋਊਗੀ। ਹਾਂ ਉਹ ਕਲੀਨ ਹੈ, ਗੁੱਤ ਤਾਂ ਹੈ ਨਹੀਂ ਤੇਰੇ, ਨਿਸ਼ਾਨੀ ਇਹੀ ਦੱਸੀ ਸੀ। ਮੈਂ ਕੰਮ ਤੁਸੀਂ ਸਾਰਾ ਕਰਨਾ, ਸਾਰਾ ਹੀ ਕਰਕੇ ਜਾਵਾਂ। ਤਨਖਾਹ ਤੁਹਾਨੂੰ ਮਿਲੇਗੀ 20,000 ਰੁਪਇਆ ਮਹੀਨਾ। ਨੱਕ ਦੇ ਵਾਲ ਕਿਉਂ ਨੀ ਕਟਾਈ, ਬੋਧੀ ਰੱਖੀ ਤੂੰ? ਨਹੀਂ ਆ ਕੇ ਮਤਲਬ ਕੰਮ ਆ, ਕੌਣ ਆ ਤੂੰ? ਤੈਨੂੰ ਮੈਂ ਕੰਮ ਵਾਸਤੇ ਗੱਲਾਂ ਕਰਦਾ, ਤੂੰ ਅੱਗੇ ਮੈਨੂੰ ਤੂੰ ਨਾ ਕੰਮ ਜਿਹੜਾ ਆਪਣੇ ਹੱਥ ਲੱਗਿਆ ਸਾਲ ਬਾਅਦ ਤੂੰ ਇਹ ਵੀ ਮਿਸ ਕਰਾ ਦੇਣਾ। ਆ ਕੀ ਕੌੜੀ ਦਾਤਣ ਰਗਾ ਮੋਬਾਈਲ ਬੇਟਾ, ਇਹ ਤੇ ਕੀ ਕਰੀਦਾ?
ਇੱਥੇ ਰੱਖ ਇੱਥੇ, ਚਾਰ ਤੈਨੂੰ ਮੈਂ ਜਗ੍ਹਾ ਦਿਖਾਵਾ ਜਿੱਥੇ ਤੁਸੀਂ ਕੰਮ ਕਰਨਾ ਹੈ, ਡੇਰਾ ਦੇ ਉੱਤੇ ਤੁਸੀਂ ਰਹਿਣਾ ਹੈ, ਆਪਣੇ ਬੀਵੀ ਬੱਚੇ ਵੀ ਲੈ ਆਇਓ, 15,000 ਰੁਪਈਆ, 20,000, ਚੱਲ 20,000 ਰੁਪਈਆ ਤਨਖਾਹ ਹੋਏਗੀ, 20,000 ਰੁਪਈਆ ਸਾਲ ਬਾਅਦ 5 ਮਣ ਕਣਕ ਹੈ ਤੇ 2 ਤੋੜੇ ਗੁੜ ਦੇ ਤੇ 1 ਤੋੜਾ ਚੌਲਾਂ ਦਾ। ਨਾਨਕਿਆਂ ਦੇ ਆ ਗਏ ਹਾਂ ਅਸੀਂ, ਨਾਨਕਿਆਂ ਦੇ ਆ ਗਏ। ਆਹ ਜਿਹੜਾ ਤੁਹਾਨੂੰ ਦਿਖਾਵਾ ਜਗ੍ਹਾ ਸ਼ਗਾ ਜਿੱਥੇ ਤੁਸੀਂ ਡਿਊਟੀ ਕਰਨੀ ਆ, ਕੰਮ ਏਦਾਂ ਕੋਈ ਨੀ, ਫਸਲਾਂ ਦਾ ਖਿਆਲ ਰੱਖਣਾ ਬਸ, ਫਸਲਾਂ ਵੱਡੀਆਂ। ਸਾਉਣ ਭਾਦੋ ਦਾ ਮੌਸਮ ਆਇਆ ਜਰਾ ਜਰਾ ਥੋੜਾ ਜਿਹਾ, ਇੱਕ ਅੱਧੀ ਫਸਲ ਵਿਆਹ ਹੀ ਦੀ, ਉਹ ਖਿਆਲ ਕਿਉਂ ਰੱਖਣਾ। ਆਓ ਜਰਾ ਮੇਰੇ ਮਗਰ ਮਗਰ, ਤੁਹਾਨੂੰ ਮੈਂ ਦੱਸਾਂ ਕਿੱਥੇ ਜਾਣਾ। ਮਗਰ ਤੂੰ ਬੰਦ ਆ ਨਾ ਜੀ, ਕੋਈ ਕੰਮ ਦਾ ਹਿਸਾਬ ਲੱਗ ਲੈਣ ਦੇ ਕੁੱਕੂ। ਉਹ ਕਹਿੰਦਾ ਫਸਲਾਂ ਦਾ ਖਿਆਲ ਕਰਨਾ। ਆਹੋ ਤੇ ਫਸਲਾਂ ਦਾ ਖਿਆਲ, ਉਹ ਜੱਟ ਜ਼ਿਮੀਦਾਰ ਲੋਕ ਆ, ਇਸੇ ਕੰਮ ਦੇ ਪੈਸੇ ਦੇਣੇ ਉਹਨਾਂ ਨੇ ਆਪਾਂ ਨੂੰ। ਕਹਿੰਦਾ ਫਸਲਾਂ ਵੱਡੀਆਂ ਹੋ ਗਈਆਂ, ਵੀ ਬੰਦਾ ਵਿਆਹ ਦੇਵੇ ਫਸਲਾਂ ਨੂੰ, ਕਿਹੜੀ ਗੱਲ ਆ, ਚੱਲ ਆ ਦੇਖਦੇ ਆ ਕੀ ਕਰਦੇ ਆ। ਆ ਜਾਓ ਵੀ, ਆ ਜਾਓ ਕਾਕਾ, ਆ ਜਾਓ। ਆ ਰਹੇ ਹਾਂ ਯਾਰ, ਰਾਤ ਨੂੰ ਐ ਇੱਕ ਅੱਧੀ ਡਾਂਗ ਕੋਲ ਲਾਜ਼ਮੀ ਰੱਖਣੀ ਆ। ਹਾਂ ਜੀ, ਤੁਹਾਡੇ ਕਿਉਂਕਿ ਇੱਥੇ ਨਾ ਕੁੱਤੇ ਵੀ ਪੈ ਜਾਂਦੇ ਨੇ, ਕੁੱਤੇ ਤਾਂ ਅੱਗੇ ਅੱਗੇ ਜਾਣ ਡਏ ਆ ਜੀ, ਤੇ ਬਾਹਰਲੇ ਅੰਦਰਲੇ ਜਾਨਵਰ ਵੀ ਹੁੰਦੇ ਨੇ ਇੱਥੇ। ਹਾਂਜੀ ਹਾਂਜੀ ਹਾਂਜੀ, ਚੌਧਰੀ ਸਾਹਿਬ ਮਾਸ਼ਾਅੱਲਾ, ਜ਼ਮੀਨ ਤੁਹਾਡੀ ਚੰਗੀ ਆ। ਹਾਂਜੀ, ਇਹ ਜਿੰਨੀ ਵੀ ਜ਼ਮੀਨ ਆ ਨਾ ਜੀ, ਆ ਫਸਲਾਂ ਸਾਰੀਆਂ ਆਪਣੀਆਂ ਹੀ ਆ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਹਾਂ, ਆ ਦੇਖੋ ਜਰਾ ਹਰਿਆਲੀ ਹਰ ਪਾਸੇ, ਆ ਫਸਲਾਂ ਤੁਹਾਡੀਆਂ। ਹਾਂਜੀ, ਇਹ ਚਰੀ ਬੀਜੀ ਆ। ਅੱਛਾ, ਚਰੀ ਆ, ਇਹ ਛੋਟੀ ਆ ਹਜੇ। ਹਾਂਜੀ, ਇਹ ਦੇਖੋ ਨਾ ਕਿੱਥੇ ਤੱਕ ਆ ਫਸਲ। ਹਾਂ, ਤੇ ਉਹ ਅਗਲਾ ਬੰਨਾ ਜਿਹੜਾ ਨਜ਼ਰ ਆ ਰਿਹਾ, ਆਹੋ ਉਹ ਵੀ ਆਪਣਾ ਹੀ ਆ, ਉਹ ਵੀ ਉੱਥੇ ਤੱਕ ਇਧਰੋਂ ਜ਼ਮੀਨ ਆ ਆਪਣੀ। ਆ ਟਰੈਕਟਰ, ਇਹ ਟਰੈਕਟਰ ਆਪਣਾ ਹੈ, ਇਹਦੇ ਥੱਲੇ ਆ ਜਾ, ਆ ਸਕਦਾ ਬੰਦਾ। ਓਏ ਭਾਈ ਛੋਟਾ ਵਾ ਜਿਹੜਾ ਚਲਾਉਂਦਾ ਪਿਆ, ਜਿਹੜਾ ਥੱਲੇ ਆਉਂਦਾ। ਓ ਭਾਈ ਛੋਟਾ ਥੱਲੇ ਆਉਂਦਾ। ਅੱਛਾ, ਲੈ ਜਾਓ ਅੱਗੇ, ਲੈ ਜਾਓ ਅੱਗੇ, ਲੈ ਜਾਓ। ਦੇਖ ਰਹੇ ਕਿਉਂ ਨੀ ਪਿੱਛੇ ਕੀ ਲੱਗਾ ਇਹਦਾ? ਇਹ ਪਿੱਛੇ ਆ ਪੈਲੀਆਂ ਜਿਹੜੀਆਂ ਵਾਹਨ ਕਰਕੇ ਆਏ ਨੇ, ਵਾਹਨ ਕਰਕੇ ਆਏ। ਹਾਂ, ਇਹਦੇ ਨਾਲ ਵਾਹਨ ਹੁੰਦਾ ਵਾ। ਹਾਂ, ਅੱਛਾ ਹੁਣ ਤੁਸੀਂ ਦੱਸਿਆ ਕੰਮ ਕੀ ਕਰਨਾ? ਕੰਮ ਬੜਾ ਸੌਖਾ ਜਿਹਾ ਵਾ, ਤੁਹਾਨੂੰ ਪਤਾ ਅੱਜ ਕੱਲ੍ਹ ਮੌਸਮ, ਹਵਾਵਾਂ ਚੱਲ ਰਹੀਆਂ ਨੇ, ਹਨੇਰੀਆਂ ਚੱਲ ਰਹੀਆਂ ਨੇ, ਫਸਲਾਂ ਦਾ ਬੇੜਾ ਗਰਕ ਹੋ ਜਾਂਦਾ। ਬੇੜਾ ਗਰਕ ਤਾਂ ਹੋਇਆ ਪਿਆ ਤੁਹਾਡਾ ਵੀ ਗਰਮੀ ਨਾਲ। ਬਾਰਿਸ਼ ਜਿਹੜੀ ਹੈ ਨਾ, ਪਤਾ ਨੀ ਕਿਸ ਟਾਈਮ ਪੈ ਜਾਣੀ, ਕਿਸ ਟਾਈਮ ਨਹੀਂ ਪਾਉਣੀ, ਉਦੋਂ ਤਾਂ ਟਾਈਮ ਹੀ ਨਹੀਂ ਹੁੰਦਾ। ਹਾਂਜੀ, ਤੁਸੀਂ ਇਹ ਕਰਨਾ ਕਿ ਇੱਕ ਲੁੱਕਰ ਤੇ ਤੂੰ ਬਹਿ ਜਾਣਾ ਪੁੱਤ। ਹਾਂਜੀ, ਉਧਰਲੀ ਲੁੱਕਰ ਤੇ ਤੂੰ ਬਹਿ ਜਾਣਾ। ਅੱਛਾ, ਅਗਰ ਇਧਰੋਂ ਹਵਾ ਚੱਲੇ ਤੇ ਤੂੰ ਦੌੜ ਕੇ ਆ ਕੇ ਇਹਨੂੰ ਦੱਸਣਾ ਵਾ ਕਿ ਹਵਾ ਚੱਲ ਪਈ ਹੈ। ਅੱਛਾ, ਅੰਦਰ ਕਨਾਤਾਂ ਪਈਆਂ ਨੇ। ਅੱਛਾ ਜੀ, ਤੁਸੀਂ ਇਹ ਫਸਲਾਂ ਦੇ ਆਲੇ ਦੁਆਲੇ ਕਨਾਤਾਂ ਕਰਦੇ ਆ ਕਰਨੀਆਂ, ਤਾਂ ਕਿ ਹਵਾ ਦੇ ਨਾਲ ਜਿਹੜੀ ਹੈ ਨਾ ਇਹ ਫਸਲ ਹੈ ਨਾ ਲੰਮੀ ਪੈ ਜਾਂਦੀ ਹੈ, ਬਹਿ ਜਾਂਦੀ ਹੈ ਬੈਠੇ ਨਾਲ। ਨਹੀਂ ਚੌਰੀ ਸਾਹਿਬ, ਕਨਾਤਾਂ ਨੂੰ ਵੜਨੀਆਂ ਫਸਲਾਂ ਦੇ ਆਲੇ ਦੁਆਲੇ, ਫਸਲਾਂ ਦਾ ਖਾਤਮ। ਨਹੀਂ ਯਾਰ, ਹਵਾ ਦੇ ਨਾਲ ਫਸਲਾਂ ਖਰਾਬ ਹੁੰਦੀਆਂ ਨੇ। ਅੱਛਾ, ਹਨੇਰੀ ਜਦੋਂ ਆਉਂਦੀ ਨਾ ਫਸਲਾਂ ਹੋ ਜਾਂਦੀਆਂ ਖਰਾਬ, ਤੁਸੀਂ ਇੱਕ ਇੱਕ ਪੈਲੀ ਦੇ ਆਲੇ ਦੁਆਲੇ ਕਨਾਤ ਕਰ ਦਿਆ ਕਰਨੀ ਆ। ਠੀਕ ਆ ਜੀ, ਕਨਾਤ ਕਰ ਦੇਣੀ। ਤੁਸੀਂ ਫਸਲਾਂ ਤੇ ਦੁਪੱਟਾ ਦੇ ਦਿਓ, ਕਨਾਤ ਕਿਉਂ ਕਰਨੀ? ਪਰਦਾ ਹੀ ਕਰਨਾ ਨਾ। ਕਨਾਤ ਇਸ ਲਈ ਕਰਨੀ ਆ ਕਿ ਹਵਾ ਨਾ ਫਸਲ ਬੈਠੇ ਨਾ, ਬੈਠੇ ਨਾ ਫਸਲ ਖਰਾਬ ਹੋ ਜਾਂਦੀ ਆ। ਦੇਖ ਨਾ, ਨਜ਼ਰ ਆ ਰਿਹਾ ਵਿਚੋ ਵਿਚੋ ਲੰਮੀ ਪਈ, ਆ ਜਿਹੜੀਆਂ ਲੰਮੇ ਪਈਆਂ ਨਾ, ਇਹਨਾਂ ਨੂੰ ਲਾਈਟ ਹਸਪਤਾਲ ਚ ਜਮਾ ਕਰਾ ਦਿਓ। ਤੈਨੂੰ ਕੰਮ ਲੱਭਦੇ ਨੂੰ ਕੰਮ ਨੀ ਲੱਭਣ ਡਿਆ ਯਾਰ, ਉਹ ਤਾਂ ਕਹਿਣ ਡਿਆ ਵੀ ਪਈਆਂ ਵਾ। ਕਦੀ ਤੂੰ ਕਹੀ ਜਾਂਦਾ ਫਸਲਾਂ ਤੇ ਦੁਪੱਟਾ ਦੇ ਦਿਓ, ਫਸਲਾਂ ਦਾ ਮੇਕਅਪ ਕੀਤਾ ਵਾ। ਗੱਲ ਸੁਣੋ, ਵੇਖਦਾ ਤੇ ਉਹ ਇਹ ਫਸਲ ਜਦੋਂ ਹਵਾ ਚੱਲੇ ਨਾ ਤੇਜ਼ੀ ਨਾਲ, ਇਹ ਬੈਠ ਜਾਂਦੀਆਂ ਨੇ, ਬੈਠਣ ਨਹੀਂ ਦੇਣੀਆਂ। ਆਹ ਦੇਖ ਨਾ, ਹਵਾ ਹਲਕੀ ਹਲਕੀ ਚੱਲ ਰਹੀ, ਚਲੋ ਇੰਨੀ ਕੁ ਵਾਰੇ 'ਚ ਆ, ਜਦੋਂ ਤੇਜ਼ ਹਵਾ ਚੱਲੇ ਤੂੰ ਪੁੱਤਰ ਇਹਨੂੰ ਕਹਿਣਾ, ਇਹਨੇ ਤੈਨੂੰ ਕਹਿਣਾ ਅੰਦਰ ਕਨਾਤਾਂ ਦਾ ਢੇਰ ਲੱਗਾ,
ਆਲੇ ਦੁਆਲੇ ਕਨਾਤ ਕਰਦੇ ਨੇ। ਜੀ ਜੱਟ ਜ਼ਿਮੀਦਾਰ ਵੀ ਆ ਤੇ ਟੈਂਟ ਸਰਵਿਸ ਵੀ ਆ ਤੁਹਾਡਾ? ਯਾਰ ਫਸਲਾਂ ਦੀ ਜਿਹੜੀ ਹਿਫਾਜ਼ਤ ਆਪਣੇ ਬੱਚਿਆਂ ਵਾਂਗੂ ਕਰਨੀ ਪੈਂਦੀ ਆ। ਓ ਭਾਈ ਮੇਰੀ ਗੱਲ ਸੁਣ ਲਓ, ਪੂਰੇ ਸਾਲ ਦੀ ਮਿਹਨਤ ਹੁੰਦੀ ਕਿਸਾਨ ਦੀ, ਆ ਰਾਤ ਸਾਰੀ ਮੈਂ ਇੱਥੋਂ ਆ ਦੇਖ ਇਹ ਖਾਲਾ ਨਜ਼ਰ ਆ ਰਿਹਾ, ਆ ਸਵੇਰੇ ਸਾਰਾ ਪਾਣੀ ਲਾ ਕੇ ਗਿਆ ਮੈਂ। ਮੈਨੂੰ ਇਹ ਗੱਲ ਦੱਸ ਵੀ ਜਿਹੜੀਆਂ ਅੰਦਰ ਕਨਾਤਾਂ ਪਈਆਂ, ਹਾਂ ਓਏ ਕੌਣ ਐਡੀਆਂ ਕਨਾਤਾਂ ਕਿੱਦਾਂ ਉੱਤੇ ਖਾਵਾ ਰੁਕ ਜੂਗੀ? ਮੈਨੂੰ ਦੱਸ ਤਰ ਆਪੇ ਉਹ ਇੱਥੇ ਰੋਕ ਦਊਗਾ। ਓ ਯਾਰ ਅੰਦਰ 500 ਕਨਾਤ ਪਈ ਹੈ। ਉਹ 500 ਦੀ ਭਾਣ ਲਈ ਆ ਤੂੰ ਕਨਾਤ ਦੀ ਵੀ ਇੰਨੀ ਲਈ ਆ, ਪੈਂਦੀ ਆ ਨਾ ਤੇ ਇੰਨੀ ਜ਼ਮੀਨ ਤੇ ਪੈਣੀ ਆ ਕਨਾਤ। ਤੁਸੀਂ ਇਹ ਦੇਖੋ ਮੇਰੀ ਗੱਲ ਸੁਣੋ, ਇਹ ਹੈਗਾ ਇਹਦਾ ਨਾ ਇਹ ਵਾਹਨ ਹੈ ਇੱਥੋਂ ਅੱਡ ਅੱਛਾ, ਇੱਥੋਂ ਤੁਸੀਂ ਕਨਾਤ ਬੰਨਣੀ ਸ਼ੁਰੂ ਕਰਨੀ ਆ ਇੰਜ ਕਰਕੇ। ਅਰੇ ਪਤਾ ਨਹੀਂ ਬੰਦਾ ਠੀਕ ਆ, ਇੱਥੋਂ ਕਨਾਤ ਬੰਨਦੇ ਆ ਨਾ ਇੱਥੋਂ ਇੱਧਰ ਨੂੰ ਕਰ ਦੇਣੀ। ਹਾਂਜੀ ਇੱਧਰ ਦੀ ਫਸਲ ਦੀ ਜੰਜ ਆਉਣ ਰਹੀ ਆ। ਇਹ ਕਨਾਤ ਇਲਾਦਾ ਹੋ ਗਈ ਨਾ, ਉਸ ਤੋਂ ਬਾਅਦ ਅਗਲੀ ਕਨਾਤ ਅੱਗੇ ਸ਼ੁਰੂ ਕਰ ਲੈਣੀ ਆ ਤਾਂ ਕਿ ਬਹੁਤੀ ਹਵਾ ਦੇ ਨਾਲ ਫਸਲ ਲੰਬੀ ਨਾ ਪਵੇ। ਯਾਰ ਤੂੰ ਇੱਥੇ ਕੰਧਾਂ ਗਰਾ ਦੇ, ਕੰਧ ਨਾ ਟੱਪ ਜਾਵੇ ਤੇਰੀ ਯਾ ਚੜੀ ਜਿਹੜੀ ਆ। ਕੰਧ ਯਾਰ ਹੁਣ ਕੰਧ ਮਤਲਬ ਕੱਲ ਨੂੰ ਟਰੈਕਟਰ ਟਰਾਲੀ ਅੰਦਰ ਵਾੜਨੀ ਪੈਂਦੀ ਆ। ਮੈਨੂੰ ਸਮਝ ਨਹੀਂ ਆਉਣ ਡਈ ਵੀ ਤੇਰੇ ਕੋਲ ਪੈਸਾ ਵੀ ਆ। ਹਾਂ ਤੇ ਅਕਲ ਵੀ ਅੱਲਾ ਨੇ ਦਿੱਤੀ ਆ, ਅਕਲ ਵੀ ਦਿੱਤੀ ਆ ਹੈ ਨਹੀਂ। ਅੱਛਾ ਜੀ, ਇੰਨੀ ਕਨਾਤ ਹੀ ਨਹੀਂ ਕੋਈ ਪਾਉਂਦਾ, ਅਕਲ ਵਾਲਾ ਪਾਉਂਦਾ ਇੰਨੀ ਕਨਾਤ ਵੀ ਕਿੱਥੇ ਲੱਗਣੀ ਇੰਨੀ ਕਨਾਤ? ਤੂੰ ਪੂਰਾ ਪਾਕਿਸਤਾਨ ਦਾ ਟੈਂਟ ਲਿਆ ਵੀ ਜੇ ਢਕੀ ਜਾਵੇ ਫੇਰ ਕਹੀਂ। ਤੁਹਾਨੂੰ ਤਨਖਾਹ ਮੈਂ ਦੇਣੀ ਆ, ਕੰਮ ਦੀ ਦੇਣੀ ਆ ਨਾ ਤਨਖਾਹ। ਆਹੋ ਤੁਹਾਡਾ ਕੰਮ ਹੈ ਕਨਾਤ ਕਰ ਦੇਣੀ ਬਸ। ਕਨਾਤ ਕਰਕੇ ਕਿਹੜਾ ਤੂੰ ਉਹਨਾਂ ਤੋਂ ਉੱਥੇ ਤੂੰ ਸੂਤਰ ਬਣਵਾਉਣਾ ਇਹਨਾਂ ਕੋਲ ਫਸਲਾਂ ਕੋਲੋਂ? ਮੈਨੂੰ ਦੱਸ ਕਿਹੜੀਆਂ ਇਹ ਡਾਂਸ ਕਰਨ ਡਈਆਂ ਵਾ ਫਸਲਾਂ ਵਿੱਚ? ਹਵਾ ਦੇ ਨਾਲ ਵਿੱਚੋਂ ਵਿੱਚੋਂ ਬੈਠੀ ਹੋਈ ਹੈ, ਉਹ ਹਵਾ ਦੇ ਬੈਠੇ ਉਹਨੂੰ ਤਲਾਵਾਂ ਪਾ ਤਾਂ ਉਹਨੂੰ ਜੁੜੇ। ਤੈਨੂੰ ਪਤਾ ਕਣਕ ਐਤਕੀ ਮੇਰੀ ਕਿੰਨੀ ਖਰਾਬ ਹੋਈ, ਇੰਜ ਕਰਕੇ ਹਨੇਰੀ ਚੱਲੀ ਸਾਰੀ ਲੰਮੀ ਪੈ ਗਈ, ਉਹ ਜਿਹੜੀ ਲੰਮੀ ਪੈ ਗਈ ਸਾਰਾ ਦਾਣਾ ਜਿਹੜਾ ਨਾ ਖਰਾਬ ਹੋ ਗਿਆ। ਮੈਂ ਸਮਝ ਗਿਆ ਕਿੱਦਾਂ ਖਰਾਬ ਹੋਈ ਹੈ, ਉਹਨਾਂ ਦਾ ਬਲੱਡ ਕੱਟ ਗਿਆ। ਮਰ ਜਾ ਕਿਤੇ ਲੱਗ ਲੈਣ ਦੇ ਕੰਮ ਦਾ ਢੋ ਮੇਲ। ਅੱਛਾ ਕਨਾਤ ਆ ਦੇਣੀ ਆ, ਉਹ ਲਾ ਦਾਂਗੇ ਨਾ। ਤੁਸੀਂ ਨੌਕਰੀ ਜੇ ਕਰ ਰਹੇ ਹੋ? ਆਹ ਤੇ ਅਸੀਂ ਤੇਰੇ ਨੌਕਰ, ਅਸੀਂ ਲਾ ਦਾਂਗੇ ਭਾਈ। ਆਹ ਕਨਾਤਾਂ ਲਾ ਦੇਣੀਆਂ, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਉਹ ਜਿਹੜਾ ਹੈ ਨਾ ਅਗਲਾ ਬੰਨਾ ਉੱਥੇ ਤਾਂ ਕਨਾਤਾਂ ਲਾਇਆ ਕਰ, ਜਿੱਥੇ ਕਵਾਟਰ ਆ। ਅੱਛਾ ਜਦੋਂ ਆਵੇ ਬਾਰਿਸ਼, ਅੱਛਾ ਉਹਦਾ ਵੀ ਤੁਸੀਂ ਇੱਕ ਹੱਲ ਕਰਨਾ। ਓਕੇ, ਜਦੋਂ ਬਾਰਿਸ਼ ਆਵੇ ਤੁਹਾਡਾ ਕੰਮ ਹੈ ਕਨਾਤਾਂ ਫਟਾਫਟ ਖੋਲ ਦੇਣੀਆਂ ਤਾਂ ਕਿ ਗਿੱਲੀਆਂ ਨਾ ਹੋਣ। ਇੱਕ ਬੰਦੇ ਨੇ ਕਨਾਤਾਂ ਖੋਲਣੀ ਸ਼ੁਰੂ ਕਰ ਦੇਣੀਆਂ, ਅੰਦਰ ਸ਼ਾਮਿਆਨੇ ਪਏ ਨੇ, ਵਾਸ ਲਾ ਕੇ ਉੱਤੇ ਇਹਨਾਂ ਨੇ ਸ਼ਾਮਿਆਨੇ ਲਾ ਦੇਣੇ ਨੇ ਤਾਂ ਕਿ ਬਾਰਿਸ਼ ਜਿਹੜੀ ਫਸਲਾਂ ਦੇ ਵਿੱਚ ਨਾ ਪਵੇ। ਅੱਛਾ ਨਹੀਂ, ਮੈਨੂੰ ਇੰਨਾ ਦੱਸੋ ਵੀ ਫਸਲਾਂ ਦੀ ਮਹਿੰਦੀ ਹੈ ਜਿੱਥੇ ਸ਼ਾਮਿਆਨੇ ਲਾਉਣੇ ਆ? ਯਾਰ ਬਾਰਿਸ਼ ਦੀ ਵਜ੍ਹਾ ਤੋਂ ਫਸਲ ਖਰਾਬ ਹੋ ਜਾਂਦੀ। ਨਹੀਂ ਯਾਰ ਜਦੋਂ ਬਾਰਿਸ਼ ਪੈਣੀ ਆ, ਹਾਂ ਅਸੀਂ ਟੈਂਟ ਲਾਉਣਾ, ਹਾਂ ਉਹ ਜਿਹੜਾ ਟੈਂਟ ਆ ਇਹਨੂੰ ਬਚਾਊਗਾ? ਹਾਂ ਉਹ ਵਾਟਰ ਪਰੂਫ ਆ, ਤੇ ਆਪੀ ਤਾਂ ਕਹਿੰਦਾ ਵੀ ਉਹ ਖਰਾਬ ਨਾ ਹੋਵੇ, ਲਿਬੜਾ ਨਾ ਉਹਦੇ ਪਾਣੀ ਮਨਾ ਪਵੇ। ਨਹੀਂ ਕਰਾਤਾ ਖਰਾਬ ਨਾ ਹੋਣ, ਕਨਾਤਾਂ ਤੁਸੀਂ ਖੋਲ ਦੇਣੀਆਂ ਜਦੋਂ ਬਾਰਿਸ਼ ਸ਼ੁਰੂ ਹੋਵੇ, ਤੇ ਸ਼ਾਮਿਆਨੇ ਲਾ ਦੇਣੇ ਨੇ। ਸ਼ਾਮਿਆਨੇ ਜਿਹੜੇ ਨੇ ਨਾ ਉਹਨਾਂ ਦੇ ਅਸੀਂ ਵਾਟਰ ਪਰੂਫ ਲਾਏ ਨੇ। ਵਾਟਰ ਪਰੂਫ ਲਾਇਆ ਵੀ ਜਾਣੀ ਕਿ ਵਿੱਚੋਂ ਦੀ ਉੱਤੇ ਹੀ ਰਹੇਗਾ ਪਾਣੀ, ਉਹ ਵਿੱਚੋਂ ਨਹੀਂ ਜਾਏਗਾ। ਤੇ ਫਸਲਾਂ ਜਿਹੜੀਆਂ ਕਨਾਤਾਂ ਜਿਹੜੀਆਂ ਵਾ, ਕਨਾਤਾਂ ਨਾ ਕਹਿ ਨਾਲੇ ਉਹਨਾਂ ਨੂੰ ਬਚਾਉਂਦਾ ਨਾਲੇ ਉੱਥੇ ਬਚਾਉਂਦਾ ਵੀ ਕਨਾਤਾਂ ਲਾ ਦੇਣੀਆਂ, ਟੈਂਟ ਲਾ ਦੇਣੀ ਜਦ ਤੂੰ ਪਾਗਲ ਆ। ਅੱਛਾ ਸ਼ਾਮਿਆਨੇ ਜਦੋਂ ਤੁਸੀਂ ਉੱਤੇ ਲਾ ਦੇਣੇ ਨੇ ਨਾ, ਜੇ ਕੋਈ ਥੋੜਾ ਬਹੁਤ ਪਾਣੀ ਵਿੱਚ ਆ ਜਾਵੇ ਤੈਨੂੰ ਮੈਂ ਦਿਆ ਕਰਾਂਗਾ ਡੱਬਾ। ਅੱਛਾ ਤੂੰ ਇਹ ਪੈਲੀਆਂ ਦੇ ਵਿੱਚੋਂ ਡੱਬੇ ਨਾਲ ਸਾਰਾ ਪਾਣੀ ਬਾਹਰ ਕੱਢ ਦਿਆ ਕਰ। ਅੱਛਾ ਜੀ, ਕਿਉਂਕਿ ਇਹ ਜਿਹੜੀ ਫਸਲ ਆ ਔਲਾਦ ਵਾਂਗੂ ਹੁੰਦੀ ਆ। ਇਹ ਤੇਰੀ ਦੋਸਤੀ ਜਾ ਕੇ ਫਸਲ ਆ, ਮੈਨੂੰ ਤਾਂ ਸਮਝ ਨਹੀਂ ਆਉਂਦਾ। ਇਹ ਜ਼ਿਮੀਦਾਰ ਦੀ ਮਾਂ ਹੁੰਦੀ ਏ, ਇੱਥੋਂ ਜ਼ਿਮੀਦਾਰ ਨੇ ਖਾਣਾ ਪੀਣਾ ਹੁੰਦਾ। ਅਸੀਂ ਕਹਿੰਦਾ ਵਾ ਵੀ ਆਪਣੀ ਮਾਂ ਨੂੰ ਇਹ ਕਨਾਤਾਂ ਲਵਾਉਣ ਲਿਆ, ਕੋਈ ਦੇਖ ਨਾ ਲਵੇ। ਸ਼ਾਮਿਆਨੇ ਵੀ ਲਾ ਦੇਣੇ ਆ, ਬਾਰਿਸ਼ ਨੇ ਪਾਣੀ ਨਾਲ ਜ਼ਿਆਦਾ ਸਾਰਾ ਕੁਛ ਚ ਲਾ ਦੇਣਾ, ਡੀਜੇ ਸਾਊਂਡ ਵੀ ਲਵਾਉਣਾ। ਮਾਂ ਨੂੰ ਲਵਾ ਦੇ ਸਾਊਂਡ ਵੀ, ਮਾਂ ਇੰਜ ਇੰਜ ਕਰਦੀ ਫਿਰੇ। ਗੱਲ ਸੁਣੋ, ਤੁਹਾਨੂੰ ਮੈਂ ਕੰਮ ਆ ਰੱਖਿਆ ਵਾ, ਤੁਹਾਨੂੰ ਕੰਮ ਤੁਸੀਂ ਕੰਮ ਕਰਨਾ। ਗੱਲ ਸੁਣੋ, ਤਨਖਾਹ ਗੱਲ ਸੁਣੋ, ਤੁਹਾਡੀ 20,000 ਦਿੱਤੀ ਹੈ ਨਾ ਮੈਂ, 25,000 ਹੋ ਗਈ
ਹੁਣ ਇਹਦੀ ਅੱਗੇ ਬਕਵਾਸ ਸੁਣੀ ਵੀ ਕਿਹੜੀ ਆ। ਕੁੱਕੂ 25,000 ਤੇ ਹੋ ਗਈ, ਕਨਾਤਾਂ ਬਹੁਤ ਜ਼ਿਆਦਾ ਵਾ। 500 ਕਨਾਤ ਇਹ ਤਾਂ ਇੰਜ ਕਰਦਾ, ਜਾਣੀ ਇਹਦੇ ਟੈਂਟਾਂ ਦਾ ਕਾਰੋਬਾਰ ਵੀ ਕੌਣ ਦਿੰਦਾ ਇਹ ਪਾਗਲ ਆ। 2 ਘੰਟੇ ਤੋਂ ਕਿਆ ਕਰਨੇ ਆ ਤੁਸੀਂ? ਦੇਖਿਆ ਕਰਨਾ ਕਿ ਇਧਰੋਂ ਬਾਰਿਸ਼ ਆਉਂਦੀ ਪਈ ਆ। ਜਦੋਂ ਇਧਰੋਂ ਬਾਰਿਸ਼ ਇਧਰ ਨੂੰ ਆਉਣੀ ਸ਼ੁਰੂ ਹੋਵੇ ਨਾ, ਤੇਰਾ ਕੰਮ ਹੈ ਫਟਾਫਟ ਆ ਕੇ ਇਹਨੂੰ ਦੱਸਣਾ। ਇਹਦੇ ਦਿਨ 6 ਆ ਵੀ ਤੇਰਾ ਕੰਮ ਹੈ ਫਟਾਫਟ ਕਨਾਤਾ ਕੱਢਣੀਆਂ ਲਾ ਦੇਣੀਆਂ ਇਹਨਾਂ ਦੇ ਉੱਤੇ, ਸ਼ਾਮਿਆਂ ਫਟਾਫਟ ਲਾ ਦੇਣੇ। ਬਾਂਸ ਵੀ ਅੰਦਰ 500 ਰੱਖਿਆ। ਹਾਂ ਬਾਂਸ ਤੇ, ਹਾਂ ਵੀ ਤੁਹਾਡੇ ਖਾਨਦਾਨ ਨੂੰ ਕਵੀ ਆ ਹਨਾ, ਵੀ ਤੂੰ ਕੈਸੀ ਗੱਲ ਕਰਨ ਡਿਆ ਯਾਰ। ਉਹ ਬਾਂਸ ਤੁਸੀਂ ਇੱਥੇ ਠੋਕ ਕੇ ਉੱਤੇ ਸ਼ਾਮਿਆਨੇ ਲਾ ਦੇਣੇ ਨੇ। ਮੇਰਾ ਦਿਲ ਕਿਉਂ ਕਰਦਾ ਵੀ ਮੈਂ ਤੇਰੇ ਥੱਪੜ ਮਾਰਾਂ ਤੇ ਤੈਨੂੰ ਠੋਕ ਦਾਂ। ਪੰਜ ਮਰਬੇ ਤੈਨੂੰ ਅਟੈਕ ਆਉਣਾ, ਖਾ ਲਾ ਇੱਕੋ ਵਾਰੀ ਗਾਜਰ ਦਾ ਵੀ, ਦੂਸਰਾ ਵੀ, ਉਹ ਵੀ ਖਾ ਲਾ। ਅੱਛਾ ਹਾਂ ਹੁਣ ਦੱਸ ਵੀ ਉਹ ਜਿਹੜੀ ਅਗਲੀ ਹੈ ਨਾ ਚਰੀ ਲੱਗੀ ਹੋਈ ਆ ਅੱਗੇ, ਆਹੋ ਜਿਹੜਾ ਕੋਠਾ ਨਜ਼ਰ ਆ ਰਿਹਾ ਨਾ ਕੋਠਾ, ਉਹ ਜਿਹੜਾ, ਹਾਂ 300 ਕਨਾਤ ਉਹਦੇ ਵਿੱਚ ਪਈ ਆ, ਤੁਸੀਂ ਉਧਰੋਂ ਕੱਢ ਲਿਆ ਕਰਨੀ ਆ। ਆਹ ਜਿਹੜਾ ਇੱਧਰ ਇੱਕ ਕੋਠਾ ਨਜ਼ਰ ਆ ਰਿਹਾ, ਉਹਦੇ ਵਿੱਚ ਪਏ ਨੇ ਬਾਂਸ। ਅੱਛਾ ਠੀਕ ਆ, ਤੇ ਇਹ ਜਿਹੜਾ ਆ ਰਿਹਾ ਇਹ ਨਜ਼ਰ, ਆਹੋ ਦਰਖਤ, ਹਾਂ ਇਹਦੇ ਅੰਦਰ ਸ਼ਾਮਿਆਨੇ ਪਏ, ਉਹ ਜਿਹੜਾ ਸੁੱਕਾ ਦਰਖਤ ਉਹਦੇ ਪਿੱਛੇ ਜਿਹੜਾ ਨਾ ਸ਼ਾਮਿਆਨੇ ਨੇ, ਉੱਥੇ ਕਿਹੜਾ ਤੇਰੇ ਅੱਬੇ ਵਾਲੇ ਨੇ ਕਮਰਾ ਪਾਇਆ ਹੋਇਆ, ਪਿੱਛੋਂ ਤਾਂ ਬੈਗ ਨੰਗਣ ਡਈ ਆ ਉਹਦੇ ਪਿੱਛੇ। ਹੋ ਜਾ ਪਿੱਛੇ, ਹੋ ਜਾ ਪਿੱਛੇ, ਹੋ ਜਾ ਖਾਲੀਆਂ ਨਾ ਚੌਧਰੀ ਕੋਲੋਂ ਸੋਟੀਆਂ, ਬਕਵਾਸ ਕਰਦਾ। ਆ ਵੀ ਉਹ ਦੇਖਦਾ ਸਹੀ ਵੀ ਉਹ ਤਾਂ ਪਤਾ ਲੱਗਿਆ ਵੀ ਹੈ ਨੀ ਚੜਿਆ ਹੋਇਆ ਵਾ, ਉਹ ਤਾਂ ਪਿੱਛੇ ਕਮਰਾ ਗਿਆ। ਤੁਸੀਂ ਸ਼ਾਮਿਆਨੇ ਕੱਢ ਕੇ ਲਿਆਓ, ਉਹਦੇ ਲਵਾ ਕੇ ਜਾਵਾਂ ਮੈਂ ਇੱਕ ਦਫਾ, ਹੱਥੀ ਲਵਾ ਦਿੰਦਾ ਨਾ। ਚੱਲ ਗੁੱਗੂ ਲਿਆ ਸ਼ਾਮਿਆਨੇ। ਅੱਛਾ ਤੂੰ ਤੂੰ ਨਾ ਉਧਰੋਂ ਕਈ ਕੋਈ ਲਿਆ ਤੇ ਟੋਏ ਕੱਢਣੇ ਸ਼ੁਰੂ ਕਰ, ਵਿੱਚ ਬਾਂਸ ਲਾਈਏ। ਤੂੰ ਪਤਾ ਨੀ ਕਿਹੜੀ ਪਿਓ ਵਾਲੀ ਸਰਕਸ ਲਵਾਉਣ ਡਿਆ, ਇਹਦੇ ਉੱਤੇ ਮੈਨੂੰ ਤਾਂ ਸਮਝ ਨੀ ਆਉਂਦੀ ਇਹਨਾਂ ਦੇ ਮੇਲਾ ਵਾ ਪਤਾ ਨੀ। ਗੱਲ ਸੁਣ, 25,000 ਥੋੜੀ ਨੀ ਗੀ, ਇਹਨੇ ਕਿਹੜਾ ਹੁਣੀ ਦੇ ਦੇਣਾ ਇਹਨੂੰ, ਪੁੱਛ ਲਾ ਪਹਿਲਾਂ। 25,000 ਰੁਪਇਆ ਹੁਣ ਸਾਹਿਬ ਮਿਲ ਜਾਊਗੀ? ਮਿਲ ਜਾਏਗਾ। ਐਡਵਾਂਸ ਵੀ ਚਾਹੀਦਾ ਵਾ। ਕਿੰਨਾ ਚਾਹੀਦਾ? ਕਨਾਤ ਦੇ ਹਿਸਾਬ ਨਾਲ ਦੇ ਦੇ, 100 ਰੁਪਇਆ ਐਡਵਾਂਸ, ਇੱਕ ਕਨਾਤ ਦਾ 100 ਰੁਪਇਆ ਐਡਵਾਂਸ, 500 ਰੁਪਇਆ ਦੇਵਾਂਗਾ। ਤੁਸੀਂ ਇੱਕ ਦਫਾ ਮੈਨੂੰ ਜ਼ਰਾ ਨਾ ਕਨਾਤਾ ਲਾ ਕੇ ਦਿਖਾ ਦਿਓ। ਕਿੱਥੇ? ਇੱਥੇ ਇੱਥੇ, ਹਾਂ ਫੜੋ ਕਨਾਤਾਂ ਫੜੋ ਅੰਦਰੋਂ। ਕਿੱਥੇ ਆ ਕਨਾਤਾਂ? ਅੰਦਰ ਭਰਿਆ ਪਿਆ ਕਮਰਾ, ਅੰਦਰ ਤਾਂ ਕੁਛ ਵੀ ਨਹੀਂ ਹੈਗਾ, ਅੰਦਰ ਤਾਂ ਕੁੱਤੇ ਭੌਂਕਣ ਡਏ ਆ, ਕੁੱਤੇ ਮੇਰੇ ਕੋਲ ਖਲੋਤੇ ਭੌਂਕਣ ਡਏ ਆ। ਇੱਕ ਤੁਸੀਂ ਚੌਰੀ ਸਾਹਿਬ ਟੈਨਸ਼ਨ ਨਹੀਂ ਲੈਣੀ ਤੁਸੀਂ, ਹਾਂ ਇਹ ਫਸਲ ਆ ਨਾ ਜਿਹੜੀ ਤੁਹਾਡੀ, ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹਾਂ। ਤੂੰ ਸਮਝਦਾਰ ਬੰਦਾ ਲੱਗਦਾ। ਹਾਂਜੀ ਇਹ ਬੜੀ ਖੱਚ ਜੀ ਆ ਜੀ ਮੱਲੇ 'ਚ ਵੀ, ਇਹਨੂੰ ਕੌਡੀ ਕੌਡੀ ਕਹਿੰਦੇ ਮੁੰਡੇ। ਚੱਲ ਇਹ ਕਨਾਤਾ ਲਾ ਲੇਗਾ ਨਾ, ਹਾਂਜੀ ਤੂੰ ਇਹਨਾਂ ਨੂੰ ਤੇ ਸ਼ਾਮਿਆਂ ਨਹੀਂ ਲਾ ਦੇਣੇ, ਹਾਂਜੀ ਠੀਕ ਹੈ ਨਾ, ਤੇ ਤੇਰਾ ਤੇ ਕੱਢ ਵੀ ਨਿਕਲ ਜਾਈ ਆ, ਆਪਣੇ ਤੇ ਇੰਨਾ ਕੁੱਚਾ ਰੱਖੀ ਜਾਣਾ ਵਾ, ਉਹ ਇੰਜ ਛਾਲ ਮਾਰ ਕੇ ਲਾ ਦੂੰ ਜੀ ਸ਼ਾਮਿਆਂ। ਜੇ ਉਹਨਾਂ ਦੇ ਵਿੱਚ ਪਾਣੀ ਇਕੱਠਾ ਹੋ ਜਾਵੇ, ਇਹ ਡਾਂਗ ਦੇ ਨਾਲ ਇੰਜ ਕਰਕੇ ਉੱਪਰ ਨੂੰ ਕਰਨਾ ਪਾਣੀ ਥੱਲੇ, ਠੀਕ ਹੋ ਗਿਆ ਚੌਰੀ ਸਾਹਿਬ? ਪਾਣੀ ਅਗਰ ਵਿੱਚ ਆ ਜਾਵੇ ਇਹਦੇ, ਡੱਬੇ ਦੇ ਨਾਲ ਪੈਲੀਆਂ ਜੋ ਬਾਹਰ ਕੱਢ ਦਿਆ ਕਰਨਾ। ਯਾਰੋ ਮੈਂ ਕੱਲਾ ਕੱਢੂੰਗਾ ਹੁਣ, ਉਹ ਤਾਂ ਅੰਦਰ ਪਈਆਂ ਵਾ, ਧੱਕ ਲੱਗੀ ਪਈ ਆ ਅੰਦਰ। ਆ ਫੜ ਕੇ ਲਿਆਓ, ਬਿਸਮਿਲਾ ਕਰੋ। ਜਾ ਧੱਕ ਹੀ ਫੜ ਕੇ ਲਿਆ, ਮੈਂ ਚੌਰੀ ਨਾਲ ਗੱਲਾਂ ਕਰਨ ਡਿਆ। ਜਾ ਦੇਖ ਕੇ ਆ ਵੀ ਉੱਥੇ ਕਿੰਨੀ ਆ, ਚੱਲ ਜਾ ਦੇਖ ਕੇ। ਤੁਸੀਂ ਨਾ ਜਾ ਮੈਨੂੰ ਵੀ ਉਹ ਜਿਹੜੀਆਂ ਕਨਾਤਾਂ ਵਾ, ਉਹ ਲਿਜਾਣੀਆਂ ਕਾਹਦੇ ਤੇ? ਮੋਢਿਆਂ ਤੇ, ਯਾਨੀ ਕਿ ਇੰਨਾ ਬਲ ਪਾ ਕੇ ਅਸੀਂ ਉੱਤੋਂ ਦੀ ਜਾਈਏ, ਉੱਥੋਂ ਉੱਥੇ ਜਾਈਏ, ਉੱਧਰ ਲਾ ਕੇ ਫਿਰ ਇੱਧਰ ਨੂੰ ਜਾਈਏ, ਫਿਰ ਇੱਧਰ ਆਈਏ, ਇੱਧਰਲੀ ਨੁੱਕਰ ਵੀ ਸਾਂਭਣੀ ਆ। ਇਨਸਾਨ ਆ ਅਸੀਂ, ਪਾਗਲ ਆ ਯਾਰ ਤੂੰ। ਉਹ ਯਾਰ ਤੁਸੀਂ ਇੰਜ ਲਾ ਦਿਆ ਕਰਨੀ, ਉਹ ਇੰਜ ਕਿੱਦਾਂ ਲੱਗ ਜਾਣੀਆਂ ਵਾ, ਇੰਜ ਕਿੱਦਾਂ ਲੱਗ ਜਾਣੀਆਂ ਮੈਨੂੰ ਦੱਸ। ਆ ਦੋ ਬੰਦੇ ਹੋ ਤੁਸੀਂ, ਇੱਧਰੋਂ ਕਨਾਤਾਂ ਲਾਉਣੀਆਂ ਸ਼ੁਰੂ ਕਰਨੀਆਂ, ਤੂੰ ਉੱਧਰੋਂ ਸ਼ਾਮਿਆਨੇ ਲਾਉਣੇ ਸ਼ੁਰੂ ਕਰਨੇ। ਹਾਂ ਸ਼ਾਮਿਆਨੇ ਨਾ ਹੋਏ, ਤੇਰੀ ਜ਼ੇਪੀ ਹੋਈ ਜਿਹੜੀ ਐ ਸ਼ਰਟ ਦੀ ਲਾ ਦੇਣੀ ਆ। ਹਾਂ ਬਸ ਇਧਰੋਂ ਬਾਰਿਸ਼ ਨਜ਼ਰ ਆਵੇ ਕਿ ਬਾਰਿਸ਼ ਹੋਣ ਦੀ। ਹਾਂ ਉਧਰੋਂ ਬੱਸ 'ਚ ਬੈਠੇ, ਬਾਰਿਸ਼ ਦੇ ਕਤਰੇ ਜ਼ਮੀਨ ਤੇ ਡਿੱਗਣ ਤੋਂ ਪਹਿਲੇ ਸ਼ਾਮਿਆਨਾ ਲਾ ਦਿਆ ਕਰਨਾ ਤੁਸੀਂ, ਯਾਨੀ ਕਿ ਇੰਨੀ ਸਪੀਡ ਨਾਲ ਲਾਉਣੀ ਆ। ਹਾਂ ਉਧਰੋਂ ਕਤਰਾ ਆ ਰਿਹਾ,
ਇਧਰੋਂ ਗੁਰਾਤ ਜਾ ਰਹੀ ਹੈ, ਇਧਰੋਂ ਤੰਬੂ ਜਾ ਰਿਹਾ ਜੀ ਜੀ। ਉਹ ਮੇਰਾ ਜੁੱਤੀਆਂ ਮਾਰਨ ਨੂੰ ਤੇਰੇ ਦਿਲ ਕਰਦਾ ਚਾਹੂ। ਉਹ ਇਕੱਲੇ ਬੰਦੇ ਦਾ ਕੰਮ ਨਹੀਂ ਹੋਇਆ, ਉੱਥੇ ਮੈਨੂੰ ਭੇਜਦਾ ਤੂੰ। ਚੁੱਪ ਕਰ ਭਾਈ, ਇਹਨੂੰ ਭੇਜ ਦਿੰਦੇ ਆ। ਚੋਰੀ ਮਾਸ਼ਾਅੱਲਾ, ਤੂੰ ਤਾਂ ਮਿੰਟ ਚਲਾ ਦਿੰਦਾ ਹੁਣ। ਮੈਂ ਲਓ ਦੱਸੋ, ਮੈਂ ਕਹਿੰਦਾ ਬਾਰਿਸ਼ ਦਾ ਮੈਨੂੰ ਹਜੇ ਪਤਾ ਲੱਗਦਾ, ਕੱਲ ਬਾਰਿਸ਼ ਹੋਣੀ, ਮੈਂ ਇੱਕ ਦਿਨ ਪਹਿਲੇ ਲਾ ਦਿੰਦਾ ਹੁਣ। ਲਾ ਕੇ ਦਿਖਾਓ ਚੋਰੀ ਸਰ, ਅੱਜ ਤਾਂ ਦੇਖ ਵੀ ਕੀ ਹਿਸਾਬ ਆ। ਪੁੱਤਰ ਬਾਰਿਸ਼ ਆਉਣ 'ਚ ਐਵੇਂ 15 ਕੁ ਮਿੰਟ ਪਏ ਆ। ਚੋਰੀ ਕਰਕੇ ਦਿਖਾ ਇੱਕ ਵਾਰੀ ਯਾਰ। ਤੁਹਾਨੂੰ ਮੈਂ ਕੰਮ ਤੇ ਕੱਲ ਹੀ ਰੱਖਿਆ ਤੇ ਆਪੀ ਤੇ ਮੈਂ ਹੀ ਕਰਨਾ, ਮੈਂ ਹੀ ਕਰਨਾ। ਫੜਾ ਅੰਦਰੋਂ, ਫੜਾ ਅੰਦਰੋਂ। ਨਹੀਂ ਆਪੀ ਤਾਂ ਤੂੰ ਗਿਆ ਵਾ, ਇਧਰ ਨੂੰ ਹੋਵੇ, ਮੈਂ ਮਿੰਟ ਚਲਾ ਦਿੰਦਾ। ਅੱਗੇ ਲੱਗੋ, ਮੈਨੂੰ ਇੱਕ ਚੋਰੀ ਗੱਲ ਦੱਸ ਦੇ। ਇਹਨੇ ਇੱਦਾਂ ਨਹੀਂ ਉਹ ਮੰਨਣਾ, ਇਹਨੂੰ ਇੱਦਾਂ 500 ਲਾ ਕੇ ਨਹੀਂ ਦਿਖਾਉਣੀ, ਇਹਨੂੰ ਇੱਥੇ ਹੀ ਆਪਾਂ ਪੂਰੀਆਂ ਕਰ ਦੇਣਾ। ਸੁੱਟ ਕੇ ਵਿਖਾ ਦਿੰਦੇ ਭੁੰਜੇ 500। ਹਾਂ ਚੁੱਪ ਕਰੋ ਚੋਰੀ, ਇੱਕ ਮਿਸਾਲ ਆ। ਹਾਂਜੀ, ਆ ਗਈ ਆ ਬਾਰਿਸ਼, ਆ ਗਈ, ਆ ਇੱਧਰੋਂ ਅਸੀਂ ਭੱਜੇ ਭੱਜੇ, ਆ ਮੈਂ ਜਾ ਰਿਹਾ ਭੱਜਿਆ। ਹਾਂਜੀ ਜਾ ਰਿਹਾ, ਹੱਥ ਮੇਰੇ ਮੋਢੇ ਤੇ, ਹਾਂ ਇਹਦੇ ਪਿੱਛੇ ਮੋਢੇ ਤੇ, ਹਾਂ ਇਹ ਵੀ ਮਗਰ 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 ਆ ਗਿਆ, ਤੂੰ ਇੱਥੇ ਖਲੋਤਾ। ਹਾਂ ਆ ਅਸੀਂ ਗਏ ਆ ਇੰਜ ਕਰਕੇ, ਉਹ ਨੁਕਰ ਮੁੜੇ ਆ। ਹਾਂ ਆ ਅਸੀਂ ਪਹਿਲੀ ਕਨਾਤ ਲਾਤ, ਹਾਂ ਫਿਰ ਲਾਤੀ ਦੂਜੀ ਕਨਾਤ। ਉਹ ਜਦੋਂ ਤੂੰ ਪਹਿਲੀ ਕਨਾਲ ਲਾਉਣੀ ਨਾ, ਉਧਰੋਂ ਬਾਰਿਸ਼ ਪੈਣ ਵੀ ਲੱਗ ਪਵੇ ਤਾਂ ਕੋਈ ਗੱਲ ਨਹੀਂ, ਅਗਲੇ ਸਾਈਡ ਤੇ ਬਾਰਿਸ਼ ਆਉਣ ਤੋਂ ਪਹਿਲੇ ਪਹਿਲੇ ਲਾਉਣੀ ਆ। ਹਾਂ ਅਗਲੀ ਸਾਈਡ, ਆ ਮੇਰੇ ਪਿੱਛੇ ਆ, ਇਹਨਾਂ ਪਿਛਲਾ ਕਮਾ ਕਰਨਾ, ਇਹਨੂੰ ਦੋ ਪਿਛਲਾ ਲਾਤੀਆਂ, ਮੈਂ 4 ਲਾਤੀਆਂ ਕਿੰਨੀਆਂ ਹੋ ਗਈਆਂ, 6, ਫਿਰ ਮੈਂ 6 ਲਾਤੀਆਂ ਫਿਰ ਕਿੰਨੀਆਂ ਹੋ ਗਈਆਂ, ਅੱਗੇ ਜਾ ਕੇ 12, ਫਿਰ ਮਲਾਈਆਂ ਕਿੰਨੀਆਂ ਹੋ ਗਈਆਂ, 18, ਹੁਣ ਆਹ ਨੁੱਕਰ ਚੱਲਿਆ 12, ਫਿਰ ਮੈਂ ਲਾਤੀਆਂ, 24, 30, 30, ਇਹ ਮੁੰਡਿਆਂ ਦਾ ਵਿਆਹ ਸੁੱਕੇ ਦਰਖਤ ਦੇ ਵਿੱਚ ਗਿਆ ਵਾ, ਉੱਥੇ 20 ਲਾਤਾਂ ਨਾਲ ਹੋਈ ਰਾਤ 80 ਹੋ ਗਈਆਂ, 80 ਲਾਖ ਮੈਂ ਜੋ ਵੀ ਗਿਆ ਵਾ, ਉਹ ਨੁੱਕਰ ਤੇ ਪਹੁੰਚਿਆ 24, ਮੈਂ ਫਿਰ 30 ਲਾਤੀਆਂ, 110 ਹੋ ਗਈਆਂ, ਹਾਂ ਕੱਚੀ 150 ਨੁੱਕਰ ਚਲਾਈ ਨੇ, 260 ਹੋ ਗਈਆਂ, ਹਾਂ ਠੀਕ ਨਹੀਂ, ਆਹ ਹੁਣੇ ਆਏ ਆ ਤੇ 150 ਫਿਰ ਮੈਂ ਲਾਤੀ, ਵੈਰੀ ਗੁੱਡ ਵੈਰੀ ਗੁੱਡ, 510 ਹੋ ਗਈਆਂ, ਆਹ ਲੈ ਫਿਰ ਮੈਂ ਹੁਣੇ ਆਇਆ ਵਾ ਚੋਰੀ ਤੇ ਇੱਥੇ ਆਇਆ ਤੇ ਬਾਂਸ ਕੱਢਿਆ, ਕੋਈ ਸਮਝ ਆਉਂਦੇ ਨਾ ਬੰਤੀ, ਬਕਵਾਸ ਨਾ ਕਰੋ, ਕੰਮ ਸ਼ੁਰੂ ਕਰੋ। ਉਹ ਕਨਾਤ ਨਹੀਂ ਲਾਈ ਆ, ਉਹ ਭਾਬੀ ਵਾਲੀ ਸ਼ਾਲ ਆ। ਅੱਛਾ, ਚਦਰਾਣੀ ਵਾਲੀ ਹਨਾ, ਕੋਈ ਨਾ ਆਪਾਂ ਫਿਰ ਇਹਨੂੰ ਪੂਰਾ ਕਰਾ ਦੇਣਾ, ਫੁੱਦੂ ਬਣਾਵਾਂਗੇ। ਤੂੰ ਮੇਰੇ ਕੋਲੋਂ ਇਕੱਲੇ ਕੋਲੋਂ ਨਹੀਂ ਚੁੱਕ ਹੁੰਦੀਆਂ, ਨਾ ਮੈਂ ਚੁੱਕਣੀ ਆ ਵਾ। ਇਹਦਾ ਕੀ ਹੱਲ ਕੀਤਾ ਜਾ ਸਕਦਾ? ਇਹਦਾ ਹੱਲ ਇਹ ਕੀਤਾ ਜਾਵੇ, ਵੈਸੇ ਲੱਗਦੀ ਨਹੀਂ ਹਵਾ ਤਾਂ ਫਿਰ ਵਿੱਚੋਂ ਦੀ ਜਾਣੀ ਆ। 25-25 ਹਜ਼ਾਰ ਕਹਿੰਦਾ ਨਾ ਚੋਰੀ, 25 ਹਜ਼ਾਰ ਤਦ ਕਹਿੰਦਾ ਵੀ ਉੱਤੇ ਬਾਰਿਸ਼ ਦਾ ਕਤਰਾ ਆਵੇ, ਉਹ ਥੱਲੇ ਨਾ ਡਿੱਗੇ ਤੇ ਹਵਾ ਚੱਲੇ ਤੇ ਨੰਗੇ ਨਾ। ਭਾਵੇਂ ਬਾਈ ਕਿੱਦਾਂ ਹੋ ਸਕਦਾ ਕਤਰਾ ਨੰਗੇ ਨਾ ਉੱਥੋਂ? ਇਹਨੂੰ ਬੁਲਾ ਕੇ ਨਾ ਇੱਥੇ ਇਹਦਾ ਇਲਾਜ ਕਰਦੇ, ਕੋਈ ਇਲਾਜ ਆ ਮੇਰੇ ਕੋਲੇ ਹੈਗਾ ਵਾ। ਅੱਛਾ, ਹਾਂ ਮਾਰ ਚੋਰੀ ਨੂੰ ਬਾਜ, ਇਹ 25-25 ਵੀ ਦਊ ਆਪਾਂ। ਲਾਗਾ ਚੋਰੀ ਸਾਹਿਬ, ਇਹ ਚੋਰੀ ਸਾਹਿਬ, ਹਾਂ ਕੀ ਗੱਲ ਆ ਚੋਰੀ? ਹਾਂ ਮੈਂ ਤੈਨੂੰ ਇੱਕ ਮਸ਼ਵਰਾ ਦੇਣਾ ਚਾਹੁੰਦਾ। ਹਾਂਜੀ, ਛੱਡ ਕਨਾਤਾਂ ਨੂੰ। ਅੱਛਾ, ਛੱਡ ਦੇ ਸਾਰੀਆਂ ਗੱਲਾਂ, ਛੱਡ ਦਿੱਤੀਆਂ ਲੋਹੇ ਦੀਆਂ ਚਾਦਰਾਂ, ਹਾਂ ਵੱਡੀਆਂ ਵੱਡੀਆਂ ਹੁੰਦੀਆਂ, ਹਾਂ 400 ਪਿੱਲਰ ਮੰਗਾ, ਸੀਮਟ ਦਾ ਬਣਿਆ ਹੁੰਦਾ। ਅੱਛਾ, ਇੱਕ ਮੰਗਾ ਤਾਰ ਜਾਲੀਆਂ ਵਾਲੀ। ਅੱਛਾ, ਏਡੇ ਏਡੇ ਛੂਏ ਬਣਾ ਕੇ। ਅੱਛਾ, ਹਵਾ ਦੀ ਉੱਥੋਂ ਬੰਦਾ ਨਹੀਂ ਲੰਘਣਾ ਚੋਰੀ, ਉਹ ਤੇਰੇ ਲੱਗਣਾ ਵਾ ਤਕਰੀਬਨ 20-30 ਲੱਖ ਰੁਪਇਆ ਲੱਗਣਾ ਵਾ, ਤੇਰੀ ਟੈਨਸ਼ਨ ਹੀ ਮੁੱਕ ਜਾਣੀ, ਨਾ ਹਵਾ ਜਾਣੀ ਆ ਨਾ ਪਾਣੀ ਜਾ। ਹਾਂ ਗੱਲ ਤਾਂ ਵੈਸੇ ਤੇਰੀ ਸਹੀ ਹੈ, ਲੇਕਿਨ ਇਹ 20-30 ਲੱਖ ਰੁਪਇਆ, 25 ਹਜ਼ਾਰ ਰੁਪਇਆ ਤੇਰੀ ਤਨਖਾਹ ਹੈ ਸਾਲ ਦੇ ਵਿੱਚ, 3 ਲੱਖ ਰੁਪਇਆ, 30-10, ਤੂੰ ਤਾਂ 10 ਸਾਲ ਹੀ ਬੁੱਕ ਹੋ ਗਿਆ ਮੇਰੇ ਕੋਲ। ਕਿੱਦਾਂ? ਉਹ ਮੈਂ ਤੇਰੇ ਪੈਸੇ ਨਹੀਂ ਮੰਗਾਉਣੀ ਆ। ਉਹ ਜਿਹੜੀਆਂ ਚਵਲੇ ਮੈਂ ਕਨਾਤਾਂ ਮੰਗਾਈਆਂ, ਇਹਨਾਂ ਦਾ ਮੈਂ ਕੀ ਕਰਨਾ? ਆ ਫੜੋ ਤੋਂ ਕਨਾਤਾਂ, ਚਲੋ ਆ ਫੜੋ ਲਾਓ, ਬਾਰਿਸ਼ ਆਉਣ ਵਾਲੀ ਹੈ, ਮੌਸਮ ਦੇਖੋ, ਲਿਆ ਫੜ ਕੇ। ਅਸੀਂ ਨਹੀਂ ਕਰਨਾ ਤੇਰੇ ਬਾਰਿਸ਼ ਚੋਰੀ, ਜਾਂ ਦਫਾਓ ਓਏ, ਕਨਾਤਾਂ ਫੜ ਕੇ ਲਿਆਓ, ਤੇਰੀਆਂ ਕਨਾਤਾਂ ਤੇ ਵੀ ਲਾ ਦੇ ਓਏ, 25,000-30,000 ਰੁਪਇਆ ਲੈ ਲਓ, ਤੇਰੇ 30,000 ਤੇ ਵੀ ਲਾਨਤ। ਓਏ ਗੱਲ ਸੁਣੋ, 35,000 ਕਰ ਲੋ, 35,000 ਰਹਿਣ ਦੇ, 60,000 ਰਹਿਣ ਦੇ, ਤੇਰੇ ਉੱਤੇ ਵੀ ਲਾਣਤ, 35 ਤੇ ਵੀ ਲਾਣਤ, ਤੇ ਤੇਰੇ ਇਸ ਮਸ਼ਵਰੇ ਤੇ ਵੀ ਲਾਣਤ, ਲਾਣਤ ਤੇਰੀਆਂ ਫਸਲਾਂ ਤੇ। ਓਏ ਮੈਂ ਚੌੜੀ ਹਾਸ਼ਮ ਨੂੰ ਸ਼ਿਕਾਇਤ ਲਾਵਾਂਗਾ, ਤੂੰ ਆਪਣੇ ਅੱਬੇ ਨੂੰ ਵੀ ਲਾ ਦੇ, ਅਸੀਂ ਨਹੀਂ ਮੰਨਣਾ ਚਾਹ ਅਸੀਂ।